ਆਹ ਹਾਲਾਤ ਬਣੇ ਪਏ ਆ ਬਾਈ। ਪਹਿਲਾਂ ਤਾਂ ਬਿਨਾਂ ਪਾਣੀ ਤੋਂ ਮਾਰਤਾ ਝੋਨੇ, ਵਾਹ ਵਾਹ ਲਾਏ ਲੋਕਾਂ ਨੇ ਇੱਥੇ, ਪਾਣੀ ਨਾ ਮਾਰਤਾ, ਦਸ ਦਸ ਹਜ਼ਾਰ ਰੁਪਇਆ ਕਿੱਲੇ 'ਤੇ ਖਰਚਾ ਕਰੀ ਬੈਠਿਆ ਝੋਨਿਆਂ 'ਤੇ। ਆ ਰਾਹ 'ਤੇ ਫਿਰਦਾ ਜਿਹੜਾ ਤਕਰੀਬਨ 3 ਫੁੱਟ ਉੱਚਾ ਗਾ ਖੇਤਾਂ ਨਾਲੋਂ, ਇਹਦੇ 'ਚ ਝੋਨਾ ਲੱਗਿਆ ਹੋਇਆ, ਉਹ ਪਿੱਛੇ ਨਰਮਾ ਜਿਹੜਾ ਖੜ੍ਹਾ ਹੈਗਾ ਤਕਰੀਬਨ 4.5 ਫੁੱਟ ਹਾਈਟ ਆ, 1.5 ਫੁੱਟ ਦੀ ਹੈਗਾ ਬਾਹਰ। ਆ ਝੋਨੇ ਦੀ ਹਾਈਟ ਤਕਰੀਬਨ 2.5 ਫੁੱਟ 3 ਫੁੱਟ ਇਹਦੀ ਹੈਗੀ, ਇਹ ਤਾਂ ਬਿਲਕੁਲ ਦੀਂਦਾ ਹੀ ਨਹੀਂ ਹੈਗਾ। ਤਕਰੀਬਨ 200 ਏਕੜ ਜਮਾਂ ਖਤਮ ਹੈਗਾ ਝੋਨੇ ਦਾ ਅਤੇ ਨਰਮੇ ਦਾ, ਉਹ ਗਾਹਾਂ ਆਪਣਾ ਨਰਮਾ ਦਿੱਤੀ ਜਾਂਦਾ 1.5 ਫੁੱਟ ਉਹ ਦੀਂਦਾ ਹੈਗਾ, ਸਾਰਾ ਭਰ ਗਿਆ, ਉਹ ਵੀ ਨਹੀਂ ਬਚਦਾ। ਪਨੀਰੀਆਂ ਸੀ, ਚੱਲ ਵਾਹ ਕੇ ਹੋਰ ਲਾ ਲਾਂਗੇ, ਪਨੀਰੀਆਂ ਵੀ ਵਿੱਚ ਡੁੱਬ ਗਈਆਂ। ਰੱਬ ਵੀ ਵੈਰੀ ਬਣ ਗਿਆ, ਸਰਕਾਰ ਤਾਂ ਹੈਗਾ ਹੀ ਹੈ। ਚਲੋ ਵਾਹਿਗੁਰੂ ਹਜੇ ਵੀ ਮਿਹਰ ਕਰੇ। ਐ ਕਰਿਓ ਨਾਲ, ਮੈਂ ਲੱਗ ਜੀ ਸਾਡੇ ਵਾਲੇ ਜੋ ਬਾਈ ਮਿੱਟੀ ਪਾ ਲਓ ਹੈਂ, ਮੈਂ ਤਾਂ ਹੀ ਕਹੀ ਜਾਂਦਾ ਮੈਂ। ਬਚਦਾ ਕਿਸੇ ਦਾ ਵੀ ਨਹੀਂ, ਉਹ ਤੇਰਾ ਤਾਂ ਚੱਲ ਨਰਮਾ ਮਰ ਗਿਆ, ਤੂੰ ਤਾਂ ਕਹਿੰਦਾ ਮੇਰੇ ਤਾਂ ਮਰ ਗਿਆ, ਉਹਨਾਂ ਦੇ ਜਿਹੜੇ ਚੌਲ ਡੁੱਬਣ ਚੱਲੇ ਚਰਾਈ ਮਹੀਨੇ ਦੇ ਲਾਏ ਹੋਏ, ਚੱਪਨ ਹੀ ਨਹੀਂ ਹੈ ਇਹਦੇ ਨਾਲ ਵਾਹਣ ਮੇਰਾ ਨਹੀਂ, ਤਾਂ ਤੇਰਾ ਸਭ ਤੋਂ ਆ ਮੇਰੇ ਵਾਹਣ 'ਚ ਗੋਡੇ ਗੋਡੇ ਆ, ਤੇਰਾ ਤਾਂ ਨਰਮਾ ਤਾਂ ਮਰਿਆ ਪਤਾ ਹੀ ਲੱਗਦਾ ਨੀ ਝੋਨਾ ਜੀ ਤਾਂ ਦਿਸਦੇ ਨੀ ਝੋਨਾ ਲੱਗਿਆ।